ਕੱਲ ਸੁਣ ਵੇ ਸ਼ਕੀਨਾ ਪੂਰਾ ਹੋ ਗਿਆ ਮਹੀਨਾ। ਸੋ ਬਾਈ ਜੀ ਗੱਲ ਕਰਦੇ ਆ ਕਿ ਗੱਭਰੂ ਗੁਪਤ ਮੁਟਿਆਰ ਦਾ ਪਿਆਰ ਪੈ ਜਾਂਦਾ, ਉਹ ਗੱਲ ਜੱਟਾਂ ਵਾਲੀ ਕਰਦੇ ਆ ਕਿ ਜੋ ਅੱਜ ਕੱਲ ਜੱਟ ਬਹੁਤ ਬੁਰੀ ਜੀਣ ਜੀ ਰਿਹਾ। ਸੋ ਸਿੰਗਰਾਂ ਨੇ ਅੱਜ ਕੱਲ ਦੇ ਨੇ ਜੱਟਾਂ ਨੂੰ ਬਹੁਤ ਬਦਨਾਮ ਕੀਤਾ, ਹਥਿਆਰਾਂ ਦੀ ਗੱਲ, ਕਿਧਰੇ ਚੱਕਵੀਂ ਗੱਲ। ਸੋ ਗੱਲ ਕਰਦੇ ਕਿ ਕਹਿੰਦੀ ਗੱਲ ਸੁਣ ਵੇ ਸ਼ਕੀਨਾ ਪੂਰਾ ਹੋ ਗਿਆ ਮਹੀਨਾ, ਅਸੀਂ ਵੇਖਿਆ ਨਹੀਂ ਵੇ ਮੁੱਖ ਤੇਰਾ, ਕੀ ਗੱਲ ਹੋ ਗਈ ਮਿੱਤਰਾ, ਖੇਤ ਮਾਰਨਾ ਨੇ ਐਂ ਵੱਲ ਗੇੜਾ। ਆਓ ਜੀ ਪੁਟਿਆਰੇ ਪਾਏ ਫੋੜ ਨੇ ਪੁਹਾੜੇ, ਗੱਲ ਸੁਣ ਪੁਟਿਆਰੇ ਪਾਏ ਫੋੜ ਨੇ ਪੁਹਾੜੇ, ਜੱਪ ਪਿੰਡ ਚ ਇੱਕ ਸੂਤਾ ਜਿਹਾ ਪਾਤਾ, ਐਦ ਕੀਤਾ ਜਾਨੇ ਮੇਰੀਏ ਮਨ ਠੇਕ ਦੇਨੇ ਆਹੀ ਵਾਲਾ ਲਾਤਾ, ਐਦ ਕੀਤਾ ਜਾਨੇ ਮੇਰੀਏ ਮਨ ਠੇਕ ਦੇਨੇ ਆਹੀ ਵਾਲਾ ਲਾਤਾ, ਐਦ ਕੀਤਾ ਜਾਨੇ ਮੇਰੀਏ। ਸੁਣ ਮੁਟਿਆਰੇ ਪਾਏ ਫੋੜ ਨੇ ਪੁਹਾੜੇ, ਗੱਲ ਸੁਣ ਮੁਟਿਆਰੇ ਪਾਏ ਫੋੜ ਨੇ ਪੁਹਾੜੇ, ਜੱਪ ਪਿੰਡ ਜੇ ਕੇ ਸੂਤਾ ਜਿਹਾ ਪਾਤਾ, ਐ ਦੇਖੀਦਾ ਜਾਨੇ ਮੇਰੀਏ ਮਨ ਠੇਕਦੇ ਨੇ ਆਹੀ ਵਾਲਾ ਦਾਤਾ, ਐ ਦੇਖੀਦਾ ਜਾਨੇ ਮੇਰੀਏ ਮਨ ਠੇਕਦੇ ਨੇ ਆਹੀ ਵਾਲਾ ਦਾਤਾ, ਐ ਦੇਖੀਦਾ ਜਾਨੇ ਮੇਰੀਏ। ਬਾਪੂ ਮੇਰਾ ਮੇਰੇ ਉੱਤੇ ਹੀ ਦਾਸੀ ਅੱਗੇ ਨਿਕਰ ਚ ਮਾਹੌਲ ਸੀ ਗਦਰ ਵਾਂਗੂ ਮੱਚਿਆ, ਬਾਪੂ ਮੇਰਾ ਮੇਰੇ ਉੱਤੇ ਬਾਪੂ ਮੇਰਾ ਮੇਰੇ ਉੱਤੇ ਹੀ ਦਾਸੀ ਅੱਗੇ ਮਾਹੌਲ ਸੀ ਗਦਰ ਵਾਂਗੂ ਮੱਚਿਆ,
ਯਾ ਪੁਚਹਿਰਾ ਦੀਆਂ ਹਾਏ ਯਾ ਪੁਚਹਿਰਾ ਦੀਆਂ ਗੁੱਡੀਆਂ ਨੇ ਪਾਤਾ ਐ ਦੇਖੀਦਾ ਜਾਣੇ ਮੇਰੀ ਮਨ ਠੇਕੇ ਤੇ ਨੇ ਆਈ ਵਾਲਾ ਦਾਤਾ ਐ ਦੇਖੀਦਾ ਜਾਣੇ ਮੇਰੀ ਮਨ ਠੇਕੇ ਤੇ ਨੇ ਆਈ ਵਾਲਾ ਦਾਤਾ ਐ ਦੇਖੀਦਾ ਜਾਣੇ ਮੇਰੀ ਔਰ ਸਰਦਾਰ ਤੇਜਸ ਸਿੰਘ ਜੀ ਖੁਸ਼ ਹੋ ਕੇ 100 ਰੁਪਏ ਸਾਡਾ ਮਾਣ ਕਰਦੇ ਨੇ, ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਬਾਈ ਜੀ ਖੁੱਲ ਕੇ ਤਾੜੀ ਮਾਰੋ, ਸਾਡੇ ਸਤਿਕਾਰਯੋਗ ਕਮੇਡੀ ਕਲਾਕਾਰ ਚਾਚਾ ਵਿਸ਼ਨਾ ਜੀ ਸਾਡੇ ਕੋਲ ਪਹੁੰਚ ਚੁੱਕੇ ਨੇ, ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਉਹਨਾਂ ਨਾਂ 'ਤੇ ਕਰਾ।